بسم الله الرحمن الرحیم السلام علیکم کیا چل رہا ہے ویور امید کرنا سارے خیر خیر ادھر ہونگے تو فائنلی جڑا نا گھر دا اندر آ گیا میں تے جڑا نا صبح گھر دا ناشتہ کیتا سب کچھ کیتا صحیح ہے دکان تے گیا ہاں سارا جڑا میں جڑی میری اٹینمنٹ شروع میں کام شام کیتا جی فائنلی ہن جڑا نا رات کو نا کرجیلا بنا دی میں تھن کرجیلا مراد کے گاجر نہیں ہے گاجر دے وچ دودھ پا کے پورا کھیر بنائی دے کھیر کر رہے ਗਰਜੇਲਾ ਖੀਰ ਸਹੀ ਨਹੀਂ ਉਹ ਤਿਆਰ ਹੋਏਦਾ ਉਹ ਗਰਮ ਗਰਮ ਦਾ ਕੋਈ ਮਤਲਬ ਠੰਡਾ ਹੋਏ ਫਿਰ ਮਤਲਬ ਠੰਡਾ ਹੋਏਦਾ ਫੁੱਲ ਰਾਤ ਨੂੰ ਮੈਂ ਫਰਿੱਜ ਰੱਖਦਾ ਉਹ ਚੱਲ ਕੇ ਖਾਂਦੇ ਹਾਂ ਅਤੇ ਮਜ਼ੇ ਲਾਉਂਦੇ ਹਾਂ ਅਤੇ ਅਗਰ ਜੇ ਲੱਗਾ ਵੀ ਸਾਨੂੰ ਸਬਸਕ੍ਰਾਈਬ ਕਰਦਾ ਜੇ ਸਾਨੂੰ ਸਬਸਕ੍ਰਾਈਬ ਕਰ ਦਿਓ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਨਾ ਜਿਸ ਸਮੇਂ ਤੁਹਾਨੂੰ ਪਤਾ ਕਿ ਮੇਰਾ ਯੂ ਆਲੀ ਪਾਸ ਚੱਲ ਚਲਾ ਗਿਆ ਉਹਨੂੰ ਛੱਡ ਆਇਆ ਤਾਂ ਮੈਂ ਅਤੇ ਹੋਇਆ ਰਾਤ ਕਾਫੀ ਐਮ ਸੈਡ ਸੈਡ ਸਟੇਟਸ ਲਾ ਰਿਹਾ ਵੀ ਨਵੀਂ ਪਰ ਲੋ ਜੀ ਇਹ ਜੀ ਗਰਜੇਲਾ ਇਹਨੂੰ ਕਹਿੰਦੇ ਨੇ ਖੀਰ ਪੁਸ਼ਾਨੀ ਕੋ ਪਛਿਰਾ ਤੇ ਬਸ ਭਰਾ ਦਾ ਖਾ ਖੁਲੇ ਤੇ ਮੈਂ ਨਾਲ ਖਾਣੇ ਆ ਹੀ ਕਾਫੀ ਆ ਸਵਾਦੀ ਵੀ ਇਹ ਵੀ ਪਹਿਲਾਂ ਨਹੀਂ ਖਾਣੇ ਫਿਰ ਬਚੂ ਇਹਦੇ ਲਈ ਕਿਤਾ ਖਾਵਾਂਗੇ ਨਹੀਂ ਤੇ ਫਿਰ ਲੈਣ ਨੂੰ ਬਸ ਮੇਰੀ ਚਾਦਰ ਵੀ ਲੱਗ ਗਈ ਕਿ ਥੋੜੀ ਸਾਫ ਕਰੇ ਪਹਿਲਾਂ ਖਾ ਲਈ ਲੋ ਜੀ ਘਰ ਦੇ ਖਾਣੇ ਦੇ ਹੋਟਲ ਦੇ ਖਾਧੇ ਨੇ ਬਾਬਾ ਪਰ ਜਿਹੜਾ ਹੁਣ ਅੱਜ ਫਾਈਨਲ ਰਾਤੀ ਵੀ ਖਾਧੀ ਨੇ ਅਤੇ ਰਾਤੀ ਤੇ ਕੋਲ ਮੱਛੀ ਤਲੀ ਦੀ ਮੱਛੀ ਖਾਧੀ ਹੈ ਸੁਬਹ ਸਵਾਗ ਅਤੇ ਰੋਟੀ ਵੀ ਮਜ਼ੇਦਾਰ ਹੁਣ ਖੀਰ ਕਮਾਲ ਹੋ ਗਿਆ ਮੈਂ ਕਹਿੰਦਾ ਬਹੁਤ ਅੱਛੀ ਤਰ੍ਹਾਂ ਮਿਸ ਕੀਤਾ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜਿਹੜਾ ਪਿੰਡ ਹੀ ਰਹਿੰਦਾ ਜਿਹੜਾ ਖਾਂਦਾ ਸੀ ਉਹਨੂੰ ਪਤਾ ਸੀ ਕਮਾਲ ਹੈ ਫਾਈਨਲੀ ਗਾਈਜ਼ ਟੂਰ ਸ਼ੁਰੂ ਹੋ ਗਿਆ ਖਤਮ ਅਤੇ ਜਿਹੜਾ ਨਾ ਹੁਣ ਕੰਮ ਕਾਜ ਵੀ ਕਰਨਾ ਕੋਈ ਸਟਾਲਿਨ ਨੂੰ ਪਾਣੀ ਲਾਉਣ ਵਾਲਾ ਹੋਇਆ ਅਤੇ ਜਿਹੜਾ ਸਟਾਲਿਨ ਨੂੰ ਪਾਣੀ ਲੈਣਾ ਕੱਲ੍ਹ ਆਉਣਾ ਹੈ ਨਾ ਕਿਤੇ ਅਤੇ ਮੈਂ ਉੱਥੇ ਹਾਂ ਲਾਹੌਰ ਗਿਆ ਹਾਂ ਅਤੇ ਕੱਲ੍ਹ ਇਹਨਾਂ ਨੂੰ ਚੱਲਿਆ ਕੀ ਪਤਾ ਜੋ ਵੀ ਹੈ ਮੈਨੂੰ ਨਹੀਂ ਪਤਾ ਕੌਣ ਆਇਆ ਹੈ ਕੋਈ ਅਤੇ ਜਿਹੜਾ ਨਾ ਫਿਰ ਆਇਆ ਅੱਜ ਚਲਾਉਂਦੇ ਹਾਂ ਫਿਲਟਰ ਦੇਖਦੇ ਹਾਂ ਪਾਣੀ ਛੱਡ ਲਾਉਂਦੇ ਹਾਂ ਕਾਫੀ ਦੇਰ ਹੋ ਗਿਆ ਸ਼ਾਦੀ ਤੋਂ ਪਹਿਲਾਂ ਲਾ ਤਕਰੀਬਨ ਮਹੀਨਾ ਚੱਲਾ ਜੇ ਲਾਇਆ ਜਦੋਂ ਪਾਣੀ ਲਾਇਆ ਸੀ ਅੱਜ ਲਾਉਂਦੇ ਪਾਣੀ ਪਹਿਲੇ ਨੰਬਰ 'ਤੇ ਕੱਲ੍ਹ ਕਿਤੇ ਆਏ ਸੀ ਇਹ ਲਾ ਕਰਕੇ ਅਸੀਂ ਕੋਈ ਜਿਹੜਾ ਮੁੰਡਾ ਪੱਠੇ ਪੁੱਠੇ ਪਾਉਂਦਾ ਉਹ ਲਾਇਆ ਸੀ ਪਹਿਲੇ ਨੰਬਰ 'ਤੇ ਵਾਗਣਾ ਨਹੀਂ ਲਾ ਕੱਢਣੇ ਵਾਲਾ ਚਲੋ ਜੀ ਇਹ ਲਾਗ ਤਾਂ ਕੱਢ ਲਿਆ ਤੇ ਫਾਈਨਲੀ ਹੁਣ ਜਿਹੜਾ ਗੇੜਾ ਛੱਡ ਲੈਣੇ ਆ ਤੇਲ ਵਿੱਚ ਹੈ ਪਹਿਲਾਂ ਕੱਢ ਲਾਂਗੇ ਤਾਂ ਪਾਇਦਾ ਅਤੇ ਹੁਣ ਜਿਹੜਾ ਮੱਛ ਪਵਾਉਂਗੇ ਤੇਲ ਵਾਹ ਸ਼ਾਇਦ ਇੱਥੇ ਹੀ ਨਹੀਂ ਨਿਕਲੀ ਵਾਹ ਫਿਰ ਨਾ ਪੈਣੀ ਹੈ ਹੁਣ ਜਾਂ ਕੋਸ਼ਿਸ਼ ਕਰਨੇ ਦੇਖੋ ਉਮੀਦ ਤਾਂ ਹੈ ਸਟਾਰਟ ਹੋਏਗਾ ਸਰਦੀ ਕਾਫੀ ਜ਼ਿਆਦਾ ਹੋਣ ਦੇ ਬਾਵਜੂਦ ਹਾਰਡ ਹੋ ਗਿਆ ਟੁੱਟ ਗਿਆ ਇੱਥੇ ਜਾਣਾ ਇੱਥੇ ਕਹਿੰਦੀ ਬਗਤੀ ਤੋਂ ਕੰਮ ਚਲਾਉਂਦੇ ਹੋ ਬੰਨ ਬੋਲੇ ਕਹਿੰਦੇ ਅਤੇ ਬਾਕੀ ਜਾਣਾ ਬੜੀ ਬੜੀ ਚੇਂਜ ਕਰਨੇ ਪੈ ਜਾਣ ਸਾਡੀ ਡਿਲੀਵਰੀਆਂ ਨੂੰ ਅਤੇ ਬਾਕੀ ਫਿਲਟਰ ਜਿਹੜਾ ਸਟਾਰਟ ਹੋ ਗਿਆ ਓਕੇ ਹੋ ਗਿਆ ਪਾਣੀ ਜਿਹੜਾ ਉਹ ਜ਼ਿਆਦਾ ਜਾਂ ਲੀਕ ਹੋ ਰਿਹਾ ਇਸ ਕਰਕੇ ਹੈ ਨਾ ਮਸਲਾ ਹੁੰਦਾ ਹੈ ਜਦੋਂ ਤੱਕ ਪਾਣੀ ਲੱਗਣਾ ਹੁੰਦਾ
ਸਾਰਾ ਪਾਣੀ ਦੂੜਾ ਨੂੰ ਆਇਆ ਨਾ ਤੇ ਜਾਣਾ ਇਸ ਕਰਕੇ ਮੈਂ ਕੋਸ਼ਿਸ਼ ਕੀਤੀ ਹੈ ਕਿ ਚਲੋ ਜਾਂਦੇ ਹਾਂ ਘਰ ਤੇ ਜਾਂ ਅੱਬੂ ਨੂੰ ਦੱਸਣਾ ਸੂਟ ਹਾਲ ਜਾਂ ਕਿ ਜਗਾੜ ਕਰਨੇ ਜਾਂ ਚੇਂਜ ਕਰਨੇ ਆ ਸਹੀ ਹੈ ਚੱਲਨੇ ਹੋਗਾ ਅੱਬੂ ਨੂੰ ਦੱਸਣੇ ਜਾ ਕੇ ਜਿਹੜਾ ਨਾ ਅਸੀਂ ਮਰੀ ਹਾਂ ਗਏ ਉੱਥੇ ਨਹੀਂ ਠੰਡ ਜਿੰਨੀ ਸਾਡੀ ਪਿੰਡ ਠੰਡ ਅੱਜ ਕੱਲ੍ਹ ਜਾਣ ਫੁੱਲ ਠੰਡ ਦੇ ਧੁੰਦ ਪੇਰੀਏ ਜਾਣ ਹੱਥ ਨਹੀਂ ਹੋ ਗਏ ਮੈਂ ਕੱਪੜੇ ਨੂੰ ਚੇਂਜ ਕਰ ਗਿਆ ਨਿਊ ਕੱਪੜੇ ਪਾਏ ਦੇ ਮੈਂ ਆ ਗਿਆ ਤਾਂ ਕੱਪੜੇ ਚੇਂਜ ਕਰ ਰਹੇ ਨਾਲੇ ਬੋਲ ਦੱਸਿਆ ਸਾਰੇ ਸੂਟ ਦੇ ਆਪਦੇ ਸੂਟ ਹਾਂਜੀ ਸਰ ਦਫਾ ਬੈਡ ਤੇ ਥੋੜੀ ਜਗ੍ਹਾ ਲੈਣੀ ਪੈਣਾ ਚੱਲ ਚੱਲ ਲੋ ਜੀ ਕਿੰਨੀ ਜਗ੍ਹਾ ਤੇ ਲੈਣੀ ਪੈਦਾ ਕੰਬਲ ਵੀ ਜਾਣ ਸਹੀ ਕਰਕੇ ਨਹੀਂ ਲੇਖਦਾ ਖੈਰ ਮੈਂ ਆਪ ਕਹਿ ਰਿਹਾ ਚੇਂਜ ਕਰ ਸਕਦਾ ਕਰ ਲੈ ਜੇ ਨਹੀਂ ਤੇ ਵੈਸੇ ਵੀ 12 ਆਲਰੇਡੀ ਭੱਜ ਗਈ ਨਾ ਟਾਈਮ ਨਾਲ ਬਹੁਤ ਜ਼ਿਆਦਾ ਸ਼ਾਰਟ ਦਿਹਾੜੀ ਛੋਟੀ ਜਿਹੀ ਹੁੰਦੀ ਹੈ ਪਾਣੀ ਲਾ ਕੋਈ ਜਗਾੜ ਲਾ ਮੈਂ ਕਿਹਾ ਜਗਾੜ ਲਾ ਲਾ ਕੋਈ ਨਿਊ ਫਿਰ ਚੇਂਜ ਕਰ ਲਾਂਗੇ ਅਤੇ ਬਾਕੀ ਨੂੰ ਕੱਪੜੇ ਲੈ ਦੇਣਾ ਆਪਣੇ ਮੈਂ ਆਪਣਾ ਕੋਟ ਪਾਈਏ ਕਾਫੀ ਜ਼ਿਆਦਾ ਮੰਡਿਆ ਮੈਂ ਕੋਟ ਸ਼ਰਟ ਧੋ ਕੇ ਕੱਪੜੇ ਸ਼ਰਟ ਲਾ ਕੇ ਧੋਵਾਂ ਸੁਣਦੇ ਹਾਂ ਅਤੇ ਲਓ ਜੀ ਇਹਨੂੰ ਪਿੰਨੀ ਕਹਿੰਦੇ ਨੇ ਜਿਹੜੀਆਂ ਪਿੰਨੀ ਦੇਸੀ ਘਿਓ ਗਿਰੀਆਂ ਬਦਾਮ ਦਾਲ ਪਤਾ ਨਹੀਂ ਕਿਹੜੀ ਕਿਹੜੀ ਦੇਸੀ ਚੀਜ਼ਾਂ ਪੈ ਗਿਆ ਦੇਸੀ ਗਿਰੀ ਬਣਾਉਂਦੇ ਨੇ ਇੱਥੇ ਅੱਜ ਬਣਾਉਂਦੇ ਨੇ ਮੈਂ ਕਹਿੰਦਾ ਮੇਰੇ ਮਗਰ ਬਣਾਈਆਂ ਨਾ ਮੈਂ ਚਲੋ ਅਸੀਂ ਵੀ ਖਾਂਦੇ ਹਾਂ ਚੁੱਲ੍ਹਾ ਖਾਣਾ ਮੈਂ ਤਾਂ ਆ ਰਿਹਾ ਅਮੀਰ ਨਾ ਹੀ ਆ ਅਮੀਰ ਮੈਨੂੰ ਕੱਲ੍ਹ ਲੱਭੇ ਹੀ ਨਹੀਂ ਅਮੀਰ ਕਿਹਾ ਨਹਾਉਣ ਗਿਆ ਅੱਜ ਉਹ ਇੱਦਾਂ ਆ ਜਾਣ 12 ਦੋ ਮਿੰਟ ਹੁੰਦਾ ਆਉਂਦੇ ਹੋਣਗੇ ਦੇ ਚਲੋ ਜੀ ਅਲਹਮਦੁਲਿਲਾ ਚੈੱਕ ਕਰੋ ਮੈਂ ਜਗਾਉਣ ਲਾਇਆ ਅਤੇ ਯਾਰ ਸਹੀ ਹੋ ਗਿਆ ਥੋੜ੍ਹਾ ਥੋੜ੍ਹਾ ਹੈ ਕਰੇਗਾ ਲੀਕ ਬਾਕੀ ਜਾਣ ਅਗਲੀ ਵਾਰੀ ਡਿਲੀਵਰੀ ਚੇਂਜ ਕਰ ਲਵਾਂਗੇ ਬਾਕੀ ਪਾਣੀ ਰਹਿਣ ਲੱਗੀ ਆ ਰਿਹਾ ਚੈੱਕ ਕਰੋ ਅੱਲਾ ਖੈਰ ਹੀ ਕਰੇ ਮੈਂ ਜਿਹੜਾ ਘਰ ਗਿਆ ਰੋਟੀ ਛੋਟੀ ਖਾਣ ਵਾਸਤੇ ਦੁਪਹਿਰ ਦੀ ਅਤੇ ਆਉਂਦਿਆਂ ਨੇ ਜਾਣਾ ਫਿਲਟਰ ਬੰਦ ਹੋ ਗਿਆ ਅਤੇ ਕਾਫੀ ਜ਼ਿਆਦਾ ਧੁੰਦਾ ਅਤੇ ਤੁਸੀਂ ਕਹਿ ਰਹੇ ਹੋ ਵੀ ਇਹ ਪਤਾ ਨਹੀਂ ਕੀ ਕੀਤਾ ਕਾਫੀ ਜ਼ਿਆਦਾ ਧੁੰਦਾ ਅਤੇ ਚਾਦਰ ਤਾਂ ਲੈ ਨਹੀਂ ਸਕਦਾ ਮੈਂ ਕਿਉਂਕਿ ਕੰਮ ਸ਼ਾਮ ਜੇ ਕਰਨਾ ਹੁੰਦਾ ਡਿਸਟਰਬ ਹੁੰਦਾ ਥੋੜ੍ਹਾ ਬੰਦਾ ਅਤੇ ਨਾਲੇ ਮੇਰੇ ਥਾਣੋਂ ਤੇਲ ਨਾ ਮੁੱਕਿਆ ਹੋਏ ਕਿਉਂਕਿ ਟੈਂਕੀ ਸੋ ਫੁੱਲ ਕਿੱਥੇ ਮੈਂ ਦੇ ਰਹੀ ਹਾਂ ਨਾਲ ਤਾਂ ਸਾਹਮਣੇ ਡੱਬੇ ਤਾਂ ਕਰਦਾ ਮਤਲਬ ਪਤਾ ਨਹੀਂ ਕੀ ਬਣਿਆ ਜਿਹਾ ਤੇਲ ਤਾਂ ਕਾਫੀ ਜ਼ਿਆਦਾ ਅਤੇ ਧੁੰਦ ਸ਼ਾਇਦ ਕਾਫੀ ਜ਼ਿਆਦਾ ਅਤੇ ਉਧਰੋਂ ਬੂਟ ਪਾ ਦੇ ਬੂਟ ਵੀ ਜਿਹੜਾ ਗਿੱਲੇ ਹੋ ਗਏ ਨਾ ਕਈ ਜਾਣੀ ਟਰੇ ਤਰੂਲ ਦਾ ਪਤਾ ਨਹੀਂ ਤੇਲ ਯਾਰ ਮੁੱਕ ਗਿਆ ਸੀ ਜਾਣ ਦੱਸ ਭਾਈ ਯਾਰ ਇੱਕ ਟੈਂਕੀ ਫੁੱਲ ਕੀਤੀ ਸੀ ਪਤਾ ਨਹੀਂ ਚੱਲਿਆ ਥੋੜ੍ਹਾ ਜਿਹਾ ਪਾਣੀ ਲੱਗਾ ਅਤੇ ਖੈਰ ਜੀ ਫਿਲਟਰ ਫੁਲਟਰ ਚਲਾ ਲਿਆ ਉਹ ਚੱਲ ਕੇ ਦੇਖਣਾ ਕਿੰਨਾ ਕੁ ਲੱਗਿਆ ਕਿੰਨਾ ਕੁ ਰਹਿ ਗਿਆ ਫਾਈਨਲੀ ਉਹ ਸਾਰੇ ਕੈਡ ਲੱਗ ਗਏ ਪਾਣੀ ਦੇ ਸਾਰੇ ਹੋ ਗਏ ਨੇ ਤਕਰੀਬਨ ਇਹ ਦੋ ਤਿੰਨ ਕੈਡ ਲੈ ਗਏ ਨੇ ਇਹਨਾਂ ਨੂੰ ਵੀ ਲਾਉਂਦੇ ਹਾਂ ਅਤੇ ਚੱਲਦੇ ਹਾਂ ਘਰ ਨੂੰ ਠੰਡ ਜਿਹੜਾ ਕਾਫੀ ਜ਼ਿਆਦਾ ਸਵਾਦ ਹੀ ਧੋਂਦੇ ਨਹੀਂ ਨੱਥੇ ਕਰਾਈ ਤੇ ਚੈੱਕ ਕਰ ਮੈਂ ਆਪਣੇ ਬੂਟਾਂ ਦੀ ਕਿੰਨੀ ਕੇਅਰ ਕਰਨਾ ਚੈੱਕ ਕਰ ਪਾਣੀ 'ਚ ਪਾ ਕੇ ਫਿਰ ਕਹਿਣਾ ਮੈਂ ਕਿਉਂਕਿ ਵੈਸੇ ਵੀ ਜਾਣਾ ਜੁੱਤੀ ਪਾ ਕਹਿੰਦਾ ਨਾ ਉਹਨੇ ਵੀ ਪੈਰ ਠਰ ਜਾਣੇ ਸੀ ਮੈਂ ਚਲੋ ਜਲਾਬਾਂ ਜਲੂਬਾਂ ਪਾਈ ਜਾਣਾ ਕੇਅਰ ਹੋਏਗੀ ਆਹ ਦੇਖੋ ਜਿੱਥੇ ਪੈਰ ਰੱਖਣਾ ਉੱਥੇ ਜਾਣਾ ਨਾਲ ਡੋਬੀਆਂ ਦੇਣਾ ਪਰ ਇਹਦੀ ਮਾਸਾ ਕੇਅਰ ਨਹੀਂ ਹੋਈ ਚਲੋ ਮੁਸ਼ਕਲ ਨਹੀਂ ਹੈ ਥੋੜ੍ਹੇ ਦੂਰ ਬੱਚਿਆਂ ਨਹੀਂ ਹੋਰ ਨਹੀਂ ਕੁਛ ਤਾਂ ਬੂਟਾਂ ਦਾ ਕੀ ਹੈ ਦੂਸਰੇ ਜਾਗ ਪਾ ਲਾਂਗਾ ਚੈੱਕ ਕਰੋ ਬੂਟ ਸਾਫ਼ ਕਰਨ ਦਾ ਤਰੀਕਾ ਸਾਰੇ ਧੋ ਲਈਏ ਹੁਣ ਚਲੋ ਜੀ ਗਰਮਾ ਗਰਮ ਪਾਣੀ ਨਾਲ ਜਾਣਾ ਆਪਣੇ ਬੋਰਡ ਵੀ ਧੋਣੇ ਨੇ ਸਹੀ ਹੈ ਅਤੇ ਬਾਕੀ ਹੁਣ ਜਾਣਾ ਜੀ ਮੈਂ ਘਰ ਮੇਰੀ ਮਰਜ਼ੀ ਧੋ ਕੇ ਨਾ
ਰੱਖ ਲਾਂਗੇ ਸੁੱਕਦੇ ਰਹਿਣਗੇ ਦੋ ਦਿਨਾਂ ਹੀ ਸੁੱਕਣੇ ਨੇ ਕਿਉਂਕਿ ਧੁੱਪ ਤਾਂ ਨਿਕਲਦੀ ਕੋਈ ਨਹੀਂ ਅਤੇ ਨਹੀਂ ਤਾਂ ਫਿਰ ਡਰਾਈ ਮਸ਼ੀਨ 'ਚ ਡਰਾਈ ਕਰਾਉਣ ਲਾਂਗੇ ਕੱਪੜੇ ਧੋਣ ਵਾਲੀ 'ਚ ਹੋ ਸਕਦਾ ਉਹਨਾਂ ਜਲੀ ਸੁੱਕ ਜਾਣ ਅਤੇ ਬਾਕੀ ਉਸ ਤਰ੍ਹਾਂ ਤਾਂ ਹੈ ਨਾ ਮੇਰੇ ਸ਼ੂਜ਼ ਦੇਖ ਦਿਓ ਜਿਹੜੀ ਹੋਰ ਉਹ ਪਾਣੀ ਆ ਗਏ ਅਤੇ ਸਾਹਮਣੇ ਵਾਲਾ ਘਰ ਰਹਿ ਗਿਆ ਅਤੇ ਮੇਰੀ ਮਰਜ਼ੀ ਬਣ ਗਈ ਪਾਣੀ ਆ ਪਿਲਾ ਕੇ ਲਾ ਗਈਗਾ ਅਤੇ ਇੱਥੇ ਚਲੀ ਫਿਲਟਰ ਦੇ ਅਤੇ ਹੁਣ ਚਿੰਨ ਲੱਗ ਗਿਆ ਇਹਨਾਂ ਨੂੰ ਬਾਕੀ ਜਿਹੜੇ ਮੇਰੇ ਸ਼ੂਜ਼ ਇਹਨਾਂ ਨੇ ਬਹੁਤ ਤਕੜੇ ਸ਼ੂਜ਼ ਨੇ ਇਹਨਾਂ ਨੂੰ ਜਿਹੜਾ ਤਕਰੀਬਨ ਡੇਢ ਮਹੀਨਾ ਹੋ ਗਿਆ ਯੂਜ਼ ਕਰਦਾ ਪਿਆ ਮੈਂ ਡੇਢ ਮਹੀਨੇ ਜੀ ਇਹਨਾਂ ਨੇ ਇੱਕ ਵਾਰ ਨਹੀਂ ਮੈਂ ਧੋਤੇ ਇਹਨਾਂ ਨੂੰ ਗਿੱਲਾ ਕੱਪੜਾ ਕਰਕੇ ਮਾਰਨਾ ਅਤੇ ਨਿਊ ਹੋ ਜਾਂਦਾ ਬੋਰ ਨਿਊ ਅਤੇ ਬਾਕੀ ਇਹਨਾਂ ਨੂੰ ਹੁਣ ਤਾਂ ਇਹਨਾਂ ਦੇ ਅੰਦਰ ਰੱਖ ਜਾਣ ਅੱਜ ਕੰਮ ਕਰਦਾ ਸੀ ਮੈਂ ਐ ਨਹੀਂ ਪਿੰਡਾਂ ਵਾਲੇ ਨਜ਼ਾਰੇ ਬਾਬਾ ਜੀ ਕੁਵਾਰੇ ਕੁਵਾਰੇ ਮੈਂ ਕਿਹਾ ਪਾਣੀ ਜਿਹੜਾ ਲੱਗ ਹੀ ਲੈਂਦੋ ਫਿਰ ਫਿਲਟਰ ਬੰਦ ਕਰਨੇ ਆ ਅਤੇ ਜਿਹੜਾ ਨਾ ਮੇਰੇ ਠੰਡ ਲੱਗ ਗਈ ਅਤੇ ਪੈਰ ਕਿਉਂਕਿ ਠੰਡਾ ਨਾ ਪਾਣੀ ਹੈ ਅਤੇ ਇੱਥੇ ਸਾਹਮਣੇ ਗਰਮ ਗਰਮ ਪਾਣੀ ਜਿਹੜਾ ਤਾਜ਼ਾ ਤਾਜ਼ਾ ਫਰੈਸ਼ ਪਾਣੀ ਜਿਹੜਾ ਆ ਰਿਹਾ ਫਿਲਟਰ ਤੋਂ ਅਤੇ ਮੈਂ ਜਾਣ ਵਾਲੀ ਕਿ ਇੱਥੇ ਫਿਰੀ ਜਾਣਾ ਮੈਂ ਕਿਹਾ ਤਾਤਾ ਪਾਣੀ ਲੱਗੀ ਜਾਏ ਅਤੇ ਪੈਰ ਨਾਲ ਸਕੂਨ ਹੋ ਜਾਏ ਇਹਦੇ ਮੈਂ ਥੋੜ੍ਹਾ ਬਾਹਰ ਨਿਕਲਣਾ ਨਾ ਅਤੇ ਠੰਡੇ 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 ਪਰ ਇੱਥੇ ਰਹਿਣ ਫੁੱਲ ਸਵਾਦ ਹੈ ਹੈਂ ਨਹੀਂ ਫਾਈਨਲੀ ਜਿਹੜਾ ਨਾ ਪਾਣੀ ਆਕਣ ਲੱਗ ਗਿਆ ਟਾਈਮ ਜਿਹੜਾ ਨਾ 4:27 ਯਾਨੀ ਕਿ 11 ਵਿੱਚ ਲਾਇਆ ਸੀ ਮੁੰਨਾ ਨਹੀਂ ਜਾਣੀ ਚੱਲੀ ਲੱਗ ਗਿਆ ਚਲੋ ਲੱਗ ਗਿਆ ਤਾਂ ਕਰੀ ਕਲੋਜ ਚੱਲੀ ਹੈ ਕਾਰ ਨੂੰ ਅਤੇ ਲਓ ਜੀ ਮੈਂ ਅੱਗੇ ਠੰਡ ਤੋਂ ਦੂਰ ਕਰੀਏ ਪੈਰਾਂ ਨੂੰ ਕਾਫੀ ਠੰਡ ਲੱਗੀ ਸੀ ਕੰਬਲ 'ਚ ਆ ਗਿਆ ਮੈਂ ਚਲੋ ਕੰਬਲ 'ਚ ਨਿੱਕੇ ਕਰਕੇ ਥੋੜ੍ਹੀ ਅਤੇ ਫਿਰ ਨਾ ਹੋਣੇ ਇੱਕ ਹੋਰ ਵਾਈਜ਼ 10-15 ਮਿੰਟ ਪਹਿਲਾਂ ਮੈਂ ਪਿਆ ਅਤੇ ਮੈਨੂੰ ਨੀਂਦਰ ਆਉਣ ਲੱਗ ਪਈ ਆ ਅਤੇ ਮੈਂ ਸ਼ਾਮ ਦਾ ਟਾਈਮ ਵੀ ਹੋ ਗਿਆ ਤਾਂ ਫਟਾਫਟ ਨਹਾਈਏ ਨਹੀਂ ਤਾਂ ਜਾਵੇ ਮੈਮ ਜੀ ਸੋਇਆ ਲਓ ਜੀ ਖਾ ਲਵੇ ਜਾਣ ਗਰਮਾ ਗਰਮ ਜਿਹੜਾ ਚਨੇ ਖਾਣ ਵਾਸਤੇ ਸੋਚਣਾ ਚਨੇ ਪਕਾਉਣ ਵਾਸਤੇ ਅਤੇ ਸਭ ਚੰਗੀ ਤਰ੍ਹਾਂ ਭੁੰਨ ਗਏ ਜੁਆਰ ਪਾ ਦਿਓ ਸੋ ਦੀ ਸੋ ਦੀ ਮੂੰਗਫਲੀ ਸੋ ਦੀ ਮਿਲ ਗਿਆ ਥੋੜ੍ਹੀ ਪਾਉਣੀ ਹੈ ਜੁਆਰ ਤਾਂ ਹੀ ਹੈ ਮੂੰਗਫਲੀ ਸੋ ਦੀ ਕਰ ਦਿਓ ਜੁਆਰ ਛਿੜੀ ਹੋਈ ਮੂੰਗਫਲੀ ਲਓ ਜੀ ਚਨੇ ਲੈ ਲਏ ਨਾ ਘਰ ਜਾ ਫੈਮਲੀ ਜੀ ਬਹਿ ਖਾਂਦੇ ਹਾਂ ਚਨੇ ਚੁਣੇ ਲਿਆ ਲਿਆ ਘਰ ਬਹਿ ਖਾਣਾ ਫੈਮਲੀ ਨਾਲ ਅਤੇ ਬਾਕੀ ਇਹਨਾਂ ਵੀਡੀਓ ਮੈਂ ਆਪਣੇ ਇੱਥੇ ਘਰ ਦੇ ਕਹਿੰਦਾ ਕਿ ਵੀਡੀਓ ਚੰਗੀ ਲੱਗੀ ਚੰਗੀ ਲੱਗੀ ਲਾਈਕ ਕਰ ਦਿਓ ਸਾਡੇ ਚੈਨਲ ਨਹੀਂ ਮਾੜੀ ਚੈਨਲ ਸਬਸਕ੍ਰਾਈਬ ਕਰ ਦਿਓ ਨੈਕਸਟ ਵੀਡੀਓ ਅੱਲਾ ਹਾਫਿਜ਼